ਸ਼੍ਰੀਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਅੱਜ ਦੇ ਕਰੰਟ ਫੇਸ ਦੇ ਨਾਲ। ਸਭ ਤੋਂ ਪਹਿਲੀ ਨਿਊਜ਼ ਅੱਜ ਦੀ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦੇ ਬਾਰੇ ਹੈ। ਬਹੁਤ ਇੰਪੋਰਟੈਂਟ ਨਿਊਜ਼ ਹੈ। ਨਿਊਜ਼ ਇਹ ਹੈ, ਸਰਕਾਰ ਨੇ ਜਿਹੜਾ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦਾ ਪ੍ਰੋਜੈਕਟ ਸੀ, ਇਹਨੂੰ ਦੁਬਾਰਾ ਰਿਵਾਈਵ ਕਰਤਾ ਤੇ ਇੱਥੋਂ ਕਾਫੀ ਜ਼ਿਆਦਾ ਕੰਟਰੋਵਰਸੀ ਕ੍ਰੀਏਟ ਹੋ ਗਈ। ਇਹ ਪ੍ਰੋਜੈਕਟ ਸਰਕਾਰ ਨੇ ਉਹ ਟਾਈਮ ਰਿਵਾਈਵ ਕਰਿਆ ਜਦੋਂ ਕਿ ਹੁਣੇ ਥੋੜੇ ਟਾਈਮ ਪਹਿਲਾਂ ਹੀ ਜਸਟ ਅਸਾਮ ਦਾ ਜਿਹੜਾ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਹੈ, ਜਿਹਨੂੰ ਆਪਾਂ NRC ਕਹਿੰਦੇ ਹਾਂ, ਉਹ ਪਬਲਿਸ਼ ਹੋ ਕੇ ਹਟਿਆ। ਇਹਦੇ ਕਰਕੇ ਸਾਰੇ ਦੇਸ਼ ਦੇ ਵਿੱਚ ਕੰਟਰੋਵਰਸੀ ਖੜੀ ਹੋ ਗਈ। ਹੁਣ ਉਹ ਕੀ ਕੰਟਰੋਵਰਸੀ ਹੈ ਉਹਦੇ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ। ਬਟ ਪਹਿਲਾਂ ਜਿਹਨਾਂ ਨੂੰ NRC ਬਾਰੇ ਨਹੀਂ ਪਤਾ, ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਬਾਰੇ ਨਹੀਂ ਪਤਾ, ਉਹ ਮੈਂ ਪੂਰੀ ਡਿਟੇਲ ਦੇ ਵਿੱਚ ਅਲੱਗ ਤੋਂ ਲੈਕਚਰ ਬਣਾਇਆ ਹੋਇਆ। ਚੈਨਲ ਦੀ ਬਰਨਿੰਗ ਇਸ਼ੂ ਵਾਲੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ NRC ਵਾਲੀ ਵੀਡੀਓ ਨੂੰ ਦੇਖ ਸਕਦੇ ਹੋ। ਹੁਣ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਬਾਰੇ ਜੇ ਆਪਾਂ ਗੱਲ ਕਰੀਏ ਪਹਿਲਾਂ, ਵੀ ਇਹ ਹੈਗਾ ਕੀ ਹੈ, ਤਾਂ ਇਹ ਇੱਕ ਰਜਿਸਟਰ ਹੈ ਆਪਣੇ ਕੰਟਰੀ ਦੇ ਜਿਹੜੇ ਯੂਜੂਅਲ ਰੈਜੀਡੈਂਟਸ ਨੇਗੇ ਉਹਨਾਂ ਦਾ ਇਹ ਇੱਕ ਰਜਿਸਟਰ ਹੈਗਾ। ਇਸ ਚੀਜ਼ ਨੂੰ ਅੱਗੇ ਆਪਾਂ ਹੋਰ ਸਮਝਾਂਗੇ। ਤੇ ਇਹ ਪ੍ਰਿਪੇਅਰ ਕਿਵੇਂ ਕਰਿਆ ਜਾਊਗਾ, ਤਾਂ ਇਹ ਪਿੰਡ ਯਾਨੀ ਕਿ ਵਿਲੇਜ, ਸਬ ਟਾਊਨ, ਸਬ ਡਿਸਟ੍ਰਿਕਟ, ਡਿਸਟ੍ਰਿਕਟ ਸਟੇਟ ਤੇ ਨੈਸ਼ਨਲ ਲੈਵਲ ਤੇ ਇਹ ਜਿਹੜਾ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਹੈ ਇਹ ਪ੍ਰਿਪੇਅਰ ਕਰਿਆ ਜਾ ਰਿਹਾ ਹੈ। ਇਹਦੇ ਪ੍ਰੋਵੀਜ਼ਨ ਦੇ ਅੰਦਰ ਆਪਣਾ ਜਿਹੜਾ ਸਿਟੀਜ਼ਨਸ਼ਿਪ ਐਕਟ 1955 ਤੇ ਸਿਟੀਜ਼ਨਸ਼ਿਪ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਐਂਡ ਇਸ਼ੂ ਆਫ ਨੈਸ਼ਨਲ ਆਈਡੈਂਟੀ ਕਾਰਡਸ ਰੂਲਸ 2003, ਇਹਨਾਂ ਦੋਵੇਂ ਐਕਟਸ ਦੇ ਅਧੀਨ, ਇਹਨਾਂ ਦੇ ਪ੍ਰੋਵੀਜ਼ਨ ਦੇ ਅਧੀਨ ਇਹ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਤਿਆਰ ਕਰਿਆ ਜਾ ਰਿਹਾ। ਤੇ ਇਹ ਆਪਣੇ ਇੰਡੀਆ ਦੇ ਜਿੰਨੇ ਵੀ ਯੂਜੂਅਲ ਰੈਜੀਡੈਂਟ ਨੇਗੇ ਉਹਨਾਂ ਦੇ ਲਈ ਇਹ ਮੈਂਡੇਟਰੀ ਹੋਊਗਾ ਵੀ ਉਹਨਾਂ ਨੂੰ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦੇ ਵਿੱਚ ਰਜਿਸਟਰ ਕਰਨਾ ਹੀ ਪਊਗਾ। ਓਬਜੈਕਟਿਵ ਇਸ ਰਜਿਸਟਰ ਦਾ ਇਹ ਹੈ ਜੀ, ਇੱਕ ਤਾਂ ਹਰੇਕ ਆਪਣੇ ਇੰਡੀਆ ਦਾ ਜਿਹੜਾ ਯੂਜੂਅਲ ਰੈਜੀਡੈਂਟ ਹੈਗਾ ਉਹਦਾ ਇੱਕ ਆਈਡੈਂਟੀ ਡਾਟਾਬੇਸ ਤਿਆਰ ਕੀਤਾ ਜਾਊਗਾ, ਤਾਂ ਕਿ ਅੱਗੇ ਜਾ ਕੇ ਸਰਕਾਰ ਨੇ ਹੁਣੇ ਹੀ ਜਿਹੜਾ ਬਿਆਨ ਦਿੱਤਾ ਵੀ ਅਸੀਂ ਪੂਰੇ ਇੰਡੀਆ ਲੈਵਲ ਦਾ ਵੀ ਹੁਣ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਲਾਂਚ ਕਰਾਂਗੇ, ਉਹਦੇ ਲਈ ਇਹਨਾਂ ਨੂੰ ਹੈਲਪ ਮਿਲੂਗੀ। ਹੁਣ ਯੂਜੂਅਲ ਰੈਜੀਡੈਂਟ ਇਹ ਕੀ ਹੁੰਦਾ, ਇਹਦੀ ਡੈਫੀਨੇਸ਼ਨ ਦਿੱਤੀ ਹੋਈ ਹੈ, ਆਪਾਂ ਪੜ੍ਹਦੇ ਹਾਂ। ਯੂਜੂਅਲ ਰੈਜੀਡੈਂਸ ਇਹਨਾਂ ਨੇ ਇਸ ਹਿਸਾਬ ਨਾਲ ਡਿਫਾਈਨ ਕੀਤਾ ਹੈ ਵੀ ਇਹ ਪਰਸਨ ਹੂ ਹੈਜ਼ ਰਿਸਾਈਡਡ ਇਨ ਏ ਲੋਕਲ ਏਰੀਆ ਫੋਰ ਦਾ ਪਾਸਟ 6 ਮੰਥ ਔਰ ਮੋਰ, ਔਰ ਏ ਪਰਸਨ ਹੂ ਇੰਟੈਂਡਸ ਟੂ ਰਿਸਾਈਡ ਇਨ ਦੈਟ ਏਰੀਆ ਫੋਰ ਦਾ ਨੈਕਸਟ 6 ਮੰਥ ਔਰ ਮੋਰ। ਇਹ ਬੇਸਿਕਲੀ ਇਹ ਕਹਿੰਦਾ ਹੈ, ਉਹ ਇਨਸਾਨ ਜਿਹੜਾ ਕਿਸੇ ਵੀ ਲੋਕਲ ਏਰੀਆ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਜਾਂ ਉਹ ਤੋਂ ਜ਼ਿਆਦਾ ਰਹਿ ਰਿਹਾ ਹੋਵੇ, ਜਾਂ ਉਹ ਇੰਟੈਂਡ ਕਰਦਾ ਹੋਵੇ ਵੀ ਉਹ ਅਗਲੇ 6 ਮਹੀਨੇ ਜਾਂ ਉਹ ਤੋਂ ਜ਼ਿਆਦਾ ਟਾਈਮ ਦੇ ਲਈ ਉਸ ਲੋਕਲ ਏਰੀਆ ਦੇ ਵਿੱਚ ਰਹੂਗਾ, ਉਹਨੂੰ ਯੂਜੂਅਲ ਰੈਜੀਡੈਂਟ ਕਿਹਾ ਜਾਂਦਾ ਹੈ। ਹੁਣ ਇਹਦੇ ਕੰਪੋਨੈਂਟ ਕੀ ਨੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦੇ, ਬੇਸਿਕਲੀ ਇਹਦੇ ਵਿੱਚ ਜਿੰਨੇ ਵੀ ਆਪਣੇ ਇੰਡੀਆ ਦੇ ਯੂਜੂਅਲ ਰੈਜੀਡੈਂਟ ਨੇਗੇ ਉਹਨਾਂ ਦੇ ਡੈਮੋਗ੍ਰਾਫਿਕ ਤੇ ਬਾਇਓਮੈਟ੍ਰਿਕ ਡਿਟੇਲਸ ਇਹਦੇ ਵਿੱਚ ਕੰਟੇਨ ਹੋਣਗੀਆਂ। ਇਸ ਡਾਟਾਬੇਸ ਦੇ ਵਿੱਚ ਇਹ ਸਾਰਾ ਡਾਟਾ ਲੋਕਾਂ ਦਾ ਕਲੈਕਟ ਕਰਿਆ ਜਾਊਗਾ। ਇਨਫੈਕਟ ਬਾਇਓਮੈਟ੍ਰਿਕ ਦੇਖੋ ਉਹਨਾਂ ਦੇ ਉਂਗਲਾਂ ਦੇ ਨਿਸ਼ਾਨ, ਠੀਕ ਹੈ, ਹੱਥਾਂ ਪੈਰਾਂ ਦੇ, ਉਸ ਤੋਂ ਇਲਾਵਾ ਪੈਰਾਂ ਦੇ ਨਹੀਂ, ਹੱਥਾਂ ਦੇ, ਅੱਖਾਂ ਦੇ ਨਿਸ਼ਾਨ, ਇਹ ਸਾਰਾ ਬਾਇਓਮੈਟ੍ਰਿਕ ਡਾਟਾ ਇਹ ਸਾਰਾ ਕਲੈਕਟ ਕੀਤਾ ਜਾਊਗਾ ਇਸ ਡਾਟਾਬੇਸ ਦੇ ਵਿੱਚ। ਹੁਣ ਕੰਟਰੋਵਰਸੀਆਂ ਇੱਥੋਂ ਹੀ ਸਟਾਰਟ ਹੋ ਗਈਆਂ, ਅੱਗੇ ਪੜ੍ਹਾਂਗੇ, ਪਹਿਲਾਂ ਆਪਾਂ ਇਹਦੇ ਕੰਪੋਨੈਂਟਸ ਬਾਰੇ ਪੜ੍ਹ ਲਈਏ। ਤਾਂ ਇਹਦੇ ਜਿਹੜਾ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਹੈ ਇਹਦੇ ਪ੍ਰੋਵੀਜ਼ਨ ਦੇ ਹਿਸਾਬ ਨਾਲ ਇੱਕ ਰੈਜੀਡੈਂਟ ਆਈਡੈਂਟੀ ਕਾਰਡ ਹਰੇਕ ਯੂਜੂਅਲ ਇੰਡੀਵਿਜੁਅਲ ਨੂੰ ਦਿੱਤਾ ਜਾਊਗਾ ਜਿਹਦੀ ਉਮਰ 18 ਸਾਲ ਤੋਂ ਜ਼ਿਆਦਾ ਹੈ। ਤੇ ਇਹ ਜਿਹੜਾ ਰੈਜੀਡੈਂਟ ਆਈਡੈਂਟੀ ਕਾਰਡ ਹੋਊਗਾ ਇਹ ਇੱਕ ਚਿਪ ਬੇਸਡ ਸਮਾਰਟ ਕਾਰਡ ਹੋਊਗਾ ਜਿਹਦੇ ਵਿੱਚ ਉਸ ਯੂਜੂਅਲ ਰੈਜੀਡੈਂਟ ਦੀਆਂ ਡੈਮੋਗ੍ਰਾਫਿਕ ਤੇ ਬਾਇਓਮੈਟ੍ਰਿਕ ਜਿਹੜੀਆਂ ਆਈਡੈਂਟੀਟੀਜ਼ ਹੋਣਗੀਆਂ ਉਹ ਇਸ ਕਾਰਡ ਦੇ ਵਿੱਚ ਕੰਟੇਨ ਹੋਣਗੀਆਂ। ਤੇ ਉਸ ਤੋਂ ਇਲਾਵਾ ਜਿਹੜਾ ਯੂਨੀਕ ਆਈਡੈਂਟੀ ਨੰਬਰ ਹੋਊਗਾ ਉਹ ਵੀ ਇਸ ਕਾਰਡ ਦੇ ਉੱਪਰ ਪ੍ਰਿੰਟ ਕੀਤਾ ਜਾਊਗਾ। ਇਹ ਕੰਪੋਨੈਂਟ ਨੇ ਜੀ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦੇ। ਹੁਣ ਇਹਨੂੰ ਲੈ ਕੇ ਕੰਟਰੋਵਰਸੀ ਕੀ ਖੜੀ ਹੋ ਗਈ, ਸਭ ਤੋਂ ਪਹਿਲਾਂ ਜਿਹੜਾ ਇਹ ਪ੍ਰੋਜੈਕਟ ਹੈ ਸਰਕਾਰ ਦਾ ਇਹਨਾਂ ਨੂੰ ਹੁਣੇ ਇਹ ਜਿਹੇ ਸਟਾਰਟ ਕਰਨ ਦੀ ਕੀ ਲੋੜ ਪੈ ਗਈ ਸੀ, ਜਦਕਿ ਜਿਹੜਾ ਅਸਾਮ ਦਾ NRC ਹੈਗਾ ਉਹਨੂੰ ਲੈ ਕੇ ਪਹਿਲਾਂ ਤੋਂ ਹੀ ਇੰਨੀ ਜ਼ਿਆਦਾ ਕੰਟਰੋਵਰਸੀ ਚੱਲ ਰਹੀ ਹੈ, ਇੰਨਾ ਜ਼ਿਆਦਾ ਰੌਲਾ ਪੈ ਰਿਹਾ। ਕਿਉਂ? ਕਿਉਂਕਿ ਅਸਾਮ ਦਾ ਜਿਹੜਾ NRC ਪਬਲਿਸ਼ ਕੀਤਾ ਗਿਆ ਹੁਣੇ ਥੋੜੇ ਟਾਈਮ ਪਹਿਲਾਂ, ਉਹਦੇ ਵਿੱਚ 19 ਲੱਖ ਲੋਕਾਂ ਨੂੰ ਐਕਸਕਲੂਡ ਕਰ ਦਿੱਤਾ ਗਿਆ ਵੀ ਇਹ ਇੰਡੀਆ ਦੇ ਸਿਟੀਜ਼ਨ ਨਹੀਂ ਹੈਗੇ। ਹੁਣ ਇੱਥੋਂ ਰੇੜਕਾ ਪੈ ਗਿਆ, ਉਹ 19 ਲੱਖ ਲੋਕ ਕੀ ਕਰਨਗੇ? ਤੇ ਇੱਥੋਂ ਵੀ ਹੁਣ ਸਾਰੇ ਇੰਡੀਆ ਦਾ NRC ਤਿਆਰ ਕਰਨ ਦੇ ਇੱਕ ਆਪਣੇ ਅਮਿਤ ਸ਼ਾਹ ਨੇ ਬਿਆਨ ਦਿੱਤਾ, ਹੁਣ ਇੱਥੋਂ ਕੰਟਰੋਵਰਸੀਆਂ ਸਟਾਰਟ ਹੁੰਦੀਆਂ ਨੇ। ਉਸ ਤੋਂ ਇਲਾਵਾ ਆਧਾਰ ਹੈਗਾ, ਜਿਹੜਾ ਆਧਾਰ ਨੂੰ ਲੈ ਕੇ ਜਿਹੜਾ ਪ੍ਰਾਈਵੇਸੀ ਦਾ ਇਸ਼ੂ ਹੈ ਉਹਦੇ ਤੇ ਹੁਣ ਤੱਕ ਡਿਬੇਟਸ ਚੱਲਦੀ ਆ ਰਹੀ ਨੇ ਵੀ ਆਧਾਰ ਕਾਰਡ ਨਾਲ ਆਪਣੀ ਪ੍ਰਾਈਵੇਸੀ ਨਾਲ ਛੇੜਛਾੜ ਹੈ। ਕਿਵੇਂ? ਸਮਝੋ, ਦੇਖੋ ਆਪਾਂ ਕੋਈ ਵੀ ਚੀਜ਼ ਲੈਣ ਜਾਂਦੇ ਹਾਂ,
ਸਰਕਾਰ ਕੋਲੇ ਹੁਣ ਇਹੋ ਜਿਹੇ ਪ੍ਰਬੰਧ ਹੋ ਗਏ, ਠੀਕ ਹੈ, ਆਪਣਾ ਕੱਲੀ ਕੱਲੀ ਚੀਜ਼ ਆਪਣੀ ਕੱਲੀ ਕੱਲੀ ਐਕਟੀਵਿਟੀ ਦੀ ਨਿਗਾਹ ਹੋ ਜੂਗੀ, ਸਰਕਾਰ ਦੀ ਆਪਣੀ ਕੱਲੀ ਕੱਲੀ ਐਕਟੀਵਿਟੀ ਦੇ ਉੱਪਰ ਨਿਗਾਹ ਹੋ ਜੂਗੀ, ਆਪਾਂ ਕਿਹੜੇ ਹੋਟਲ ਦੇ ਵਿੱਚ ਜਾ ਰਹੇ ਹਾਂ, ਉੱਥੇ ਆਪਾਂ ਕੀ ਖਾਂਦੇ ਹਾਂ, ਕੀ ਪੀਂਦੇ ਹਾਂ, ਤੇ ਉਸ ਤੋਂ ਇਲਾਵਾ ਆਪਾਂ ਕਿੱਥੇ ਵੀ ਜਾਂਦੇ ਹਾਂ, ਕੋਈ ਵੀ ਚੀਜ਼ ਬਾਏ ਕਰਦੇ ਹਾਂ, ਉਹ ਕੱਲੀ ਕੱਲੀ ਚੀਜ਼ ਦਾ ਧਿਆਨ ਸਰਕਾਰ ਦਾ ਆਪਣੇ ਉੱਪਰ ਹੋਊਗਾ। ਕਿਵੇਂ? ਦੇਖੋ, ਅੱਜ ਕੱਲ੍ਹ ਆਪਾਂ ਨੂੰ ਪਤਾ ਹੈ ਹਰੇਕ ਚੀਜ਼ ਦੇ ਵਿੱਚ ਆਧਾਰ ਕਾਰਡ ਮੰਗਣ ਲੱਗ ਗਏ ਐਜ਼ ਏ ਪਰੂਫ। ਤੁਸੀਂ ਹੋਟਲ ਦੇ ਵਿੱਚ ਰਹਿੰਦੇ ਹੋ, ਹੋਟਲ ਦੇ ਵਿੱਚ ਜਾਂਦੇ ਹੋ, ਉੱਥੇ ਤੁਹਾਡੇ ਤੋਂ ਪਰੂਫ ਦੇ ਵਿੱਚ ਆਧਾਰ ਕਾਰਡ ਮੰਗ ਲੈਂਦੇ ਨੇ। ਤੁਸੀਂ ਮੋਬਾਈਲ ਦਾ ਸਿਮ ਬਾਏ ਕਰਦੇ ਆ ਤਾਂ ਤੁਹਾਡੇ ਤੋਂ ਆਧਾਰ ਕਾਰਡ ਮੰਗ ਲੈਂਦੇ ਨੇ, ਬੈਂਕ ਅਕਾਊਂਟ ਖੁਲਾਉਣਾ ਤੁਹਾਨੂੰ ਤਾਂ ਆਧਾਰ ਕਾਰਡ ਮੰਗ ਲੈਂਦੇ ਨੇ। ਸੋ ਤੁਹਾਡੀ ਕੱਲੀ ਕੱਲੀ ਐਕਟੀਵਿਟੀ, ਤੁਸੀਂ ਆਪਦੇ ਬੈਂਕ ਚੋਂ ਕਿੰਨੇ ਪੈਸੇ ਕਢਵਾਉਣੇ ਹੋ, ਉਹ ਸਾਰਾ ਕੁਝ ਸਰਕਾਰ ਕੋਲੇ ਜਾ ਰਹੇਗਾ। ਸੋ ਇਹ ਪ੍ਰਾਈਵੇਸੀ ਦਾ ਇਸ਼ੂ ਵੀ ਖੜਾ ਹੁੰਦਾ। ਉਸ ਤੋਂ ਇਲਾਵਾ ਜੇ ਸਰਕਾਰ ਨੇ ਨੈਸ਼ਨਲ ਵਾਈਡ NRC ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਇਹ ਕਨੈਕਟ ਕਰਵਾਉਣਾ ਤਾਂ ਉਹਦੇ ਲਈ ਪਹਿਲਾਂ ਇਹਨਾਂ ਨੂੰ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦਾ ਜਿਹੜਾ ਡਾਟਾਬੇਸ ਹੈ ਇਹ ਤਿਆਰ ਕਰਨਾ ਪਊਗਾ, ਤਾਂ ਹੀ ਇਹ ਪ੍ਰੋਸੈਸ ਹੈ ਇਹ ਪੋਸੀਬਲ ਹੋਊਗੀ। ਹੁਣ ਇਹਦੇ ਨਾਲ ਕੀ ਹੋਊਗਾ, ਹੁਣ ਜੇ ਫਰਜ਼ ਕਰੋ ਸਰਕਾਰ ਨੇ ਸਾਰੇ ਦੇਸ਼ ਦਾ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਜਾਂ NRC ਤਿਆਰ ਕਰ ਲਿਆ ਤੇ ਪਬਲਿਸ਼ ਕਰ ਲਿਆ, ਤੇ ਕੀ ਹੁਣ ਸਾਰੇ ਦੇਸ਼ ਦੇ ਵਿੱਚ ਜਿਹੜੇ ਵੀ ਇਲੀਗਲ ਮਾਈਗ੍ਰੈਂਟਸ ਨੇ ਉਹਨਾਂ ਨੂੰ ਕੱਢਣਾ ਇੰਨਾ ਆਸਾਨ ਹੋਊਗਾ? ਰੌਲਾ ਤਾਂ ਕੱਲੇ ਅਸਾਮ ਸਟੇਟ ਨੂੰ ਲੈ ਕੇ ਹਾਲ ਤੱਕ ਨਿਬੜ ਨਹੀਂ ਰਿਹਾ, ਇਹ ਪੈ ਰਿਹਾ ਪੂਰੇ ਇੰਡੀਆ ਦੇ ਵਿੱਚੋਂ ਇਹ ਇਲੀਗਲ ਮਾਈਗ੍ਰੈਂਟਸ ਨੂੰ ਕੱਢਣਗੇ ਕਿਵੇਂ, ਤੇ ਜੇ ਕੱਢ ਵੀ ਦਿੱਤੇ ਤਾਂ ਉਹਨਾਂ ਨੂੰ ਸ਼ਰਨ ਕਿਵੇਂ ਦਿੱਤੀ ਜਾਊਗੀ? ਇਹ ਸਾਰੀ ਚੀਜ਼ਾਂ ਨੂੰ ਲੈ ਕੇ ਰੱਫੜ ਪੈ ਰਿਹਾ ਹੈਗਾ। ਤੇ ਉਸ ਤੋਂ ਇਲਾਵਾ ਹਾਲੇ ਤੱਕ ਕੋਈ ਵੀ ਕਲੈਰਿਟੀ ਸਰਕਾਰ ਨੇ ਦਿੱਤੀ ਨਹੀਂ ਵੀ ਜਿਹੜਾ ਅਸੀਂ ਡਾਟਾ ਜਿਵੇਂ ਕਿ ਡੈਮੋਗ੍ਰਾਫਿਕ ਤੇ ਜਿਹੜਾ ਬਾਇਓਮੈਟ੍ਰਿਕ ਡਾਟਾ ਇਸ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦੇ ਵਿੱਚ ਲੋਕਾਂ ਦਾ ਕਲੈਕਟ ਕਰਾਂਗੇ ਡਾਟਾ, ਇਹਨੂੰ ਪ੍ਰੋਟੈਕਸ਼ਨ ਵਾਸਤੇ ਅਸੀਂ ਕੋਈ ਵੀ ਮਕੈਨਿਜ਼ਮ ਸਰਕਾਰ ਨੇ ਹਾਲੇ ਤੱਕ ਕਲੈਰੀਫਾਈ ਨਹੀਂ ਕੀਤਾ ਵੀ ਕਿੱਥੇ ਪ੍ਰੋਟੈਕਟ ਕਰਾਂਗੇ, ਇਹਨੂੰ ਕਿਵੇਂ ਪ੍ਰੋਟੈਕਟ ਕਰਾਂਗੇ, ਕਿਉਂਕਿ ਬਾਇਓਮੈਟ੍ਰਿਕ ਇਨਫੋਰਮੇਸ਼ਨ ਕਿਸੇ ਵੀ ਪਰਸਨ ਦੀ ਹੁੰਦੀ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ, ਤੇ ਉਹ ਜੇ ਕਿਸੇ ਗਲਤ ਹੱਥਾਂ ਦੇ ਵਿੱਚ ਚਲੀ ਗਈ ਤਾਂ ਬਹੁਤ ਨੁਕਸਾਨ ਹੋ ਸਕਦਾ ਹੈਗਾ। ਹੁਣ ਸਰਕਾਰ ਇੰਨਾ ਜ਼ਿਆਦਾ ਡਾਟਾ ਕਿਉਂ ਚਾਹੁੰਦੀ ਹੈ ਲੋਕਾਂ ਦਾ, ਸਰਕਾਰ ਦਾ ਵੀ ਆਪਾਂ ਪੱਖ ਪੜ ਲੈਣਾ, ਤਾਂ ਸਭ ਤੋਂ ਪਹਿਲਾਂ ਸਰਕਾਰ ਇਹ ਚਾਹੁੰਦੀ ਹੈ ਵੀ ਜੇ ਇੱਕ ਪ੍ਰੋਪਰ ਆਈਡੈਂਟੀ ਡਾਟਾਬੇਸ ਹੋਊਗਾ ਆਪਣੇ ਇੰਡੀਆ ਦੇ ਜਿਹੜੇ ਯੂਜ਼ਰ ਰੈਜੀਡੈਂਟ ਨੇਗੇ ਉਹਨਾਂ ਦਾ ਤੇ ਆਪਣੇ ਉਹਨਾਂ ਦੀ ਡੈਮੋਗ੍ਰਾਫਿਕ ਡਿਟੇਲ ਸਾਡੇ ਕੋਲ ਹੋਣਗੀਆਂ, ਤਾਂ ਇਹਦੇ ਨਾਲ ਸਾਨੂੰ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਨੂੰ ਫਾਰਮੂਲੇਟ ਕਰਨ ਦੇ ਲਈ ਹੋਰ ਸਾਨੂੰ ਆਸਾਨੀ ਹੋਊਗੀ, ਤੇ ਨੈਸ਼ਨਲ ਸਿਕਿਉਰਿਟੀ ਦੇ ਲਈ ਵੀ ਇਹ ਚੀਜ਼ ਵਧੀਆ ਹੈਗੀ। ਉਸ ਤੋਂ ਇਲਾਵਾ ਲੋਕਾਂ ਨੂੰ ਹੁਣ ਜਿਹੜੇ ਅਲੱਗ ਅਲੱਗ ਪਰੂਫ ਨੇਗੇ ਜਿਵੇਂ ਕਿ ਏਜ ਦਾ ਪਰੂਫ, ਐਡਰੈਸ ਦਾ ਤੇ ਹੋਰ ਕਈ ਡਿਟੇਲਸ ਨੇ ਉਹ ਦੱਸਣ ਦੀ ਲੋੜ ਨਹੀਂ, ਇਹ ਆਈਡੈਂਟੀ ਕਾਰਡ ਤੋਂ ਹੀ ਸਾਰਾ ਕੁਝ ਉਹਨਾਂ ਦਾ ਡਿਫਾਈਨ ਹੋ ਜੂਗਾ। ਉਸ ਤੋਂ ਇਲਾਵਾ ਜਿਹੜੇ ਲੋਕ ਡੁਪਲੀਕੇਟ ਵੋਟਰ ਕਾਰਡ ਬਣਾਉਂਦੇ ਨੇਗੇ ਉਹ ਚੀਜ਼ਾਂ ਵੀ ਐਲੀਮੀਨੇਟ ਹੋ ਜਾਣਗੀਆਂ, ਇਹ ਜਿਹੜਾ ਰੈਜੀਡੈਂਟ ਆਈਡੈਂਟੀ ਕਾਰਡ ਹੈਗਾ ਇਹ ਜਦੋਂ ਬਣੂਗਾ ਉਹਦੇ ਨਾਲ। ਇਹ ਸਰਕਾਰ ਦਾ ਪੱਖ ਸੀਗਾ ਤੇ ਇਹ ਸਾਰੀ ਕੰਟਰੋਵਰਸੀ ਆਪਾਂ ਡਿਸਕਸ ਕੀਤੀ ਹੈ ਜੀ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਨੂੰ ਲੈ ਕੇ। ਅਗਲੀ ਨਿਊਜ਼ ਆ ਗਈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਬਾਰੇ। ਆਪਾਂ ਸਾਰਿਆਂ ਨੂੰ ਪਤਾ ਹੈ 74ਵਾਂ ਸੈਸ਼ਨ ਇਹਦਾ ਚੱਲ ਰਿਹਾ ਯੂਨਾਈਟਿਡ ਨੇਸ਼ਨ ਦੇ ਹੈੱਡਕੁਆਰਟਰ ਨਿਊਯਾਰਕ ਵਿਖੇ। ਸੋ ਇਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਬਾਰੇ ਵੀ ਕੁਝ ਕੁ ਗੱਲਾਂ ਆਪਾਂ ਨੂੰ ਪਤਾ ਹੋਣੀ ਚਾਹੀਦੀ ਨੇ ਕਿਉਂਕਿ ਇਹ ਕਾਫੀ ਨਿਊਜ਼ 'ਚ ਹੈ। ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ 27 ਸਤੰਬਰ ਨੂੰ ਇੱਥੇ ਸਪੀਚ ਵੀ ਦੇ ਕੇ ਆਏ ਸੀਗੇ, ਤਾਂ ਇਹਨੂੰ ਜਿਹੜੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਹੈ ਇਹਨੂੰ ਪਾਰਲੀਮੈਂਟ ਆਫ ਦਾ ਵਰਲਡ ਵੀ ਕਿਹਾ ਜਾਂਦਾ ਹੈ, ਤੇ ਇਹ ਇੱਕ ਸਾਂਝਾ ਮੰਚ ਹੈ ਜਿੱਥੇ ਪੂਰੀ ਦੁਨੀਆ ਦੀ ਕੋਈ ਸਾਂਝਾ ਵਿਚਾਰ ਰੱਖਿਆ ਜਾ ਸਕਦਾ ਹੈ। 193 UN ਦੇ ਜਿਹੜੇ ਮੈਂਬਰ ਨੇਗੇ ਉਹ ਇੱਥੇ ਆਪਣੇ ਆਪ ਨੂੰ ਆ ਕੇ ਰੀਪ੍ਰੈਜੈਂਟ ਕਰਦੇ ਨੇ, ਸਾਰੇ ਵਰਲਡ ਲੀਡਰ ਨੇਗੇ ਇਹਨਾਂ ਦੀ ਜਿਹੜੀ ਜਨਰਲ ਅਸੈਂਬਲੀ ਹੁੰਦੀ ਹੈ ਇੱਥੇ ਆ ਕੇ ਸਪੀਚ ਦਿੰਦੇ ਨੇ। 15 ਮਿੰਟ ਦਾ ਸਮਾਂ ਹਰੇਕ ਲੀਡਰ ਨੂੰ ਦਿੱਤਾ ਜਾਂਦਾ ਤੇ ਉਹ ਆ ਕੇ ਆਪਣੇ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਜਾਂ ਅੱਗੇ ਕੀ ਸੋਚਦੇ ਨੇ ਸਾਰਿਆਂ ਨਾਲ ਮਿਲ ਕੇ ਕੋਆਪਰੇਟ ਕਰਨ, ਉਹ ਸਾਰਾ ਕੁਝ ਉਹ ਆ ਕੇ ਇਸ ਸਪੀਚ ਦੇ ਵਿੱਚ ਅੱਗੇ ਆਪਣੇ ਆਪ ਨੂੰ ਬਿਆਨ ਕਰਦੇ ਨੇ। ਹੁਣ ਜਿਹੜੀ ਇਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਹੈ, ਪਹਿਲੀ ਗੱਲ UN ਦੇ 6 ਔਰਗਨ ਨੇ, 6 ਮੇਨ ਔਰਗਨ ਨੇ, ਉਹਦੇ ਵਿੱਚੋਂ ਇੱਕ ਔਰਗਨ ਹੈ ਜੀ ਇਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ। ਹੋਰ ਕਿਹੜੇ ਕਿਹੜੇ ਔਰਗਨਸ ਨੇ? ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਹੋ ਗਈ, ਤੁਹਾਡੀ ਈਕੋਸੋਕ ਹੋ ਗਈ, ਟਰੱਸਟਸ਼ਿਪ ਕਾਉਂਸਲ ਹੋ ਗਿਆ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੋ ਗਿਆ, ਤੇ UN ਦਾ ਜਿਹੜਾ ਸੈਕਟਰੀਏਟ ਹੈ ਉਹ ਹੋ ਗਿਆ। ਸੋ 6 ਪਰਮਾਨੈਂਟ ਔਰਗਨ ਦੇ ਵਿੱਚੋਂ ਇਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਇੱਕ ਮੇਨ ਔਰਗਨ ਹੈ UN ਦਾ। ਹੁਣ ਇਹਦੇ ਰੋਲ ਤੇ ਫੰਕਸ਼ਨ ਕੀ ਨੇ? ਬੇਸਿਕਲੀ ਕਈ ਇੰਪੋਰਟੈਂਟ ਮੈਟਰ ਦੇ ਉੱਪਰ, ਪੂਰੇ ਵਰਲਡ ਦਾ ਕੋਈ ਇੰਪੋਰਟੈਂਟ ਸਾਂਝਾ ਮੈਟਰ ਹੈ ਉਹਦੇ ਉੱਪਰ ਡਿਸਕਸ਼ਨ ਕਰਨੀ ਹੈ ਇੱਥੇ। ਉਸ ਤੋਂ ਇਲਾਵਾ ਇੰਟਰਨੈਸ਼ਨਲ ਪੀਸ ਤੇ ਸਿਕਿਉਰਿਟੀ ਇਹਨੂੰ ਪ੍ਰਮੋਟ ਕਰਨਾ ਤੇ ਗਲੋਬਲ ਇਸ਼ੂ ਨੂੰ ਡਿਸਕਸ ਕਰਨਾ ਤੇ ਬਜਟਰੀ ਮੈਟਰਸ ਨੂੰ ਲੈ ਕੇ ਵੀ ਡਿਸਕਸ ਕਰਨਾ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਯੂਨਾਈਟਿਡ ਨੇਸ਼ਨ ਦਾ ਵੀ ਇੱਕ ਪਰਟੀਕੁਲਰ ਬਜਟ ਹੁੰਦਾ ਹੈ ਜਿਹਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਜਿੰਨੇ ਵੀ ਮੈਂਬਰ ਕੰਟਰੀਜ਼ ਨੇ ਉਹ ਕੰਟਰੀਬਿਊਟ ਕਰਦੇ ਨੇ। ਸੋ ਉਹ ਸਾਰਾ ਕੁਝ ਵੀ ਯੂਨਾਈਟਿਡ ਨੇਸ਼ਨ ਦੀ ਜਿਹੜੀ ਜਨਰਲ ਅਸੈਂਬਲੀ ਹੈ ਇੱਥੇ ਡਿਸਕਸ ਹੁੰਦਾ ਹੈ। ਉਸ ਤੋਂ ਇਲਾਵਾ ਕੋਈ ਨਵਾਂ ਮੈਂਬਰ, ਕੋਈ ਨਵੀਂ ਮੈਂਬਰ ਕੰਟਰੀ ਨੂੰ ਯੂਨਾਈਟਿਡ ਨੇਸ਼ਨ ਦਾ ਭਾਗ ਬਣਾਉਣਾ ਹੈ, ਇਸ ਸੰਸਥਾ ਦਾ ਮੈਂਬਰ ਬਣਾਉਣਾ ਹੈ, ਤਾਂ ਉਹਦੇ ਲਈ ਵੀ ਇੱਥੇ ਡਿਸਕਸ਼ਨ ਹੁੰਦੀ ਹੈ। ਤੇ ਇੱਥੇ ਡਿਸਕਸ਼ਨ ਆਫਟਰ ਡਿਸਕਸ਼ਨ ਤੋਂ ਬਾਅਦ ਵੋਟਿੰਗ ਹੁੰਦੀ ਹੈ ਤੇ ਕਿਸੇ ਵੀ ਨਵੇਂ ਕੰਟਰੀ ਨੂੰ ਯੂਨਾਈਟਿਡ ਨੇਸ਼ਨ ਦਾ ਮੈਂਬਰ ਬਣਾਇਆ ਜਾ ਸਕਦਾ, ਬਟ ਉਹਦੇ ਲਈ 2/3 ਮੈਜੋਰਿਟੀ ਚਾਹੀਦੀ ਹੈ
ਜੇ ਕਿਸੇ ਵੀ ਨਵੀਂ ਕਿਸੇ ਵੀ ਕੰਟਰੀ ਨੂੰ ਯੂਐਨ ਦਾ ਮੈਂਬਰ ਬਣਾਉਣਾ ਤਾਂ ਯੂਐਨ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੀ 2/3 ਮੈਜੋਰਟੀ ਚਾਹੀਦੀ ਹੈ, ਜਿਵੇਂ ਕਿ 193 ਦਾ 2/3 ਲਾ ਲਓ ਤੁਸੀਂ, 127-28 ਵੋਟਾਂ ਚਾਹੀਦੇ ਨੇ ਜੇ ਕਿਸੇ ਕੰਟਰੀ ਨੂੰ ਯੂਐਨ ਦਾ ਮੈਂਬਰ ਬਣਾਉਣਾ। ਤੇ ਬਾਕੀ ਜੇ ਕੋਈ ਵੀ ਇਸ਼ੂ ਹੈਗਾ ਉਹਦੇ ਲਈ ਸਿੰਪਲ ਮੈਜੋਰਟੀ ਦੀ ਲੋੜ ਹੈ, ਕੋਈ ਵੀ ਰੈਜੋਲੂਸ਼ਨ ਵਗੈਰਾ ਪਾਸ ਕਰਨਾ। ਉਸ ਤੋਂ ਇਲਾਵਾ ਹਰੇਕ ਸਟੇਟ ਜਿਹੜੀ ਸੋਵਰਨ ਸਟੇਟ ਹੈ, ਜਿੰਨੇ ਵੀ 193 ਮੈਂਬਰ ਨੇ ਉਹਨਾਂ ਦੀ 1 ਵੋਟ ਹੈਗੀ, ਤੇ ਇਹ ਵੋਟ ਜਿਹੜੀ ਮੈਂਬਰਸ਼ਿਪ ਦੇ ਉੱਪਰ ਬਾਈਂਡਿੰਗ ਨਹੀਂ ਹੈਗੀ, ਉਹਨਾਂ ਦੀ ਮਰਜ਼ੀ ਹੈ। ਉਹ ਕਿਸੇ ਕੰਟਰੀ ਨੂੰ ਯੂਐਨ ਦੇ ਮੈਂਬਰ ਬਣਾਉਣ ਦੇ ਲਈ ਹੱਕ 'ਚ ਵੋਟ ਵੀ ਕਰ ਸਕਦੇ ਨੇ, ਉਹਦੇ ਅਗੇਂਸਟ ਵੀ ਵੋਟ ਕਰ ਸਕਦੇ ਨੇਗੇ। ਸੋ ਹਰੇਕ ਕੰਟਰੀ ਦੀ ਇੱਕੋ ਵੋਟ ਹੈ। ਤਾਂ ਹੀ ਮੈਂ ਤੁਹਾਨੂੰ ਕੱਲ ਪਰਸੋਂ ਵਾਲੇ ਲੈਕਚਰ ਦੇ ਵਿੱਚ ਦੱਸਿਆ ਸੀਗਾ ਵੀ ਜਿਹੜੀਆਂ ਕੈਰੇਬੀਅਨ ਕੰਟਰੀਜ਼ ਨੇ, ਇਹ 15 ਕੰਟਰੀਜ਼ ਦਾ ਗਰੁੱਪ ਹੈ, ਉਹਨਾਂ ਸਾਰੀਆਂ ਕੰਟਰੀ ਦੀ ਇੱਕ ਵੋਟ ਹੈ, ਅਲੱਗ ਅਲੱਗ ਵੋਟ ਹੈ, 15 ਵੋਟਾਂ ਨੇ। ਤੇ ਜੇ ਉਹ ਆਪਣੇ ਇੰਡੀਆ ਦੇ ਹੱਕ ਦੇ ਵਿੱਚ ਖੜ ਗਿਆ ਤਾਂ ਕਿੰਨਾ ਜ਼ਿਆਦਾ ਫਾਇਦਾ ਹੋ ਜਾਊਗਾ ਆਪਾਂ ਨੂੰ, ਸਿਕਿਉਰਿਟੀ ਕਾਉਂਸਲ ਦੀ ਸੀਟ ਓਨੀ ਹੀ ਛੇਤੀ ਮਿਲ ਸਕਦੀ ਹੈ। ਉਸ ਤੋਂ ਇਲਾਵਾ ਕੋਈ ਵੀ ਜਿਹੜੀ ਯੂਨਾਈਟਿਡ ਨੇਸ਼ਨ ਦੀ ਇਹ ਜਨਰਲ ਅਸੈਂਬਲੀ ਹੈ, ਇਹ ਕੋਈ ਵੀ ਇਹਦੇ ਕੋਲ ਕੋਈ ਵੀ ਵੀਟੋ ਪਾਵਰ ਨਹੀਂ ਹੁੰਦੀ, ਜਿਵੇਂ ਕਿ ਸਿਕਿਉਰਿਟੀ ਕਾਉਂਸਲ ਕੋਲ ਵੀਟੋ ਪਾਵਰ ਹੁੰਦੀ ਹੈ, ਇਹਦੇ ਕੋਲ ਵੀਟੋ ਪਾਵਰ ਨਹੀਂ ਹੁੰਦੀ। ਉਸ ਤੋਂ ਇਲਾਵਾ ਇੱਥੇ ਕੋਈ ਵੀ ਵਰਲਡ ਓਪੀਨੀਅਨ ਹੈ, ਸਾਂਝਾ ਵਰਲਡ ਓਪੀਨੀਅਨ ਹੈ, ਉਹਨੂੰ ਐਕਸਪ੍ਰੈਸ ਕਰਨ ਦੇ ਲਈ ਇਹ ਇੱਕ ਸਾਂਝਾ ਮੰਚ ਹੈਗਾ ਯੂਨਾਈਟਿਡ ਨੇਸ਼ਨ। ਪੂਰੀ ਦੁਨੀਆ ਦੇ ਨੂੰ ਲੈ ਕੇ ਕੋਈ ਸਾਂਝਾ ਇਸ਼ੂ ਹੈ, ਉਹ ਯੂਨਾਈਟਿਡ ਨੇਸ਼ਨ ਦੇ ਵਿੱਚ ਆ ਕੇ ਡਿਸਕਸ ਕੀਤਾ ਜਾ ਸਕਦਾ। ਫੋਰ ਐਗਜ਼ਾਮਪਲ ਕਲਾਈਮੇਟ ਚੇਂਜ, ਕਲਾਈਮੇਟ ਚੇਂਜ ਨੂੰ ਲੈ ਕੇ ਇਹ ਇੱਕ ਸਾਂਝਾ ਮੰਚ ਹੈ, ਇੱਥੇ ਡਿਸਕਸ਼ਨ ਹੋ ਸਕਦੀ ਹੈ। ਤੇ ਕੋਈ ਵੀ ਇਹੋ ਜਿਹਾ ਉਪਰਾਲਾ ਕੱਢਿਆ ਜਾ ਸਕਦਾ ਜਿਵੇਂ ਕਿ ਤੁਹਾਡਾ ਪੈਰਿਸ ਕਲਾਈਮੇਟ ਐਗਰੀਮੈਂਟ ਹੋ ਗਿਆ, ਇਹ UNFCCC, ਇਹ ਸਾਰੇ UN ਦੇ ਵਿੱਚੋਂ ਹੀ ਨਿਕਲੇ ਹੋਏ ਨੇ, ਇੱਥੋਂ ਵਰਲਡ ਓਪੀਨੀਅਨ ਦੇ ਥਰੂ ਇਹ ਚੀਜ਼ਾਂ ਉਪਰਾਲੇ ਕੀਤੇ ਗਏ ਨੇ। ਉਸ ਤੋਂ ਇਲਾਵਾ ਇੰਟਰਨੈਸ਼ਨਲ ਕੋਆਪਰੇਸ਼ਨ ਨੂੰ ਪ੍ਰਮੋਟ ਕਰਨਾ ਵੇਰੀਅਸ ਫੀਲਡ ਦੇ ਵਿੱਚ, ਤੇ ਸਿਕਿਉਰਿਟੀ ਕਾਉਂਸਲ ਨੂੰ ਰਿਕਮੈਂਡੇਸ਼ਨ ਦੇਣੀਆਂ, ਤੇ ਜਿਹੜੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ 10 ਨੋਨ ਪਰਮਾਨੈਂਟ ਮੈਂਬਰ ਹੁੰਦੇ ਨੇ ਉਹਨਾਂ ਨੂੰ ਇਲੈਕਟ ਕਰਨਾ, ਇਹ ਸਾਰੇ ਫੰਕਸ਼ਨ ਨੇ ਜੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ। ਹੁਣ ਇਹਦੇ ਮੈਂਬਰ ਕਿਹੜੇ ਨੇ? ਬੇਸਿਕਲੀ ਪੂਰੇ ਦੁਨੀਆ ਦੇ ਵਿੱਚ 196 ਕੰਟਰੀਜ਼ ਨੇ, 196 ਚੋਂ 193 ਕੰਟਰੀਜ਼ ਤਾਂ UN ਦੀਆਂ ਮੈਂਬਰਸ ਹੈਗੀਆਂ ਨੇ, ਬਟ 3 ਕੰਟਰੀਜ਼ ਨੇ ਜਿਹੜੇ ਕਿ UN ਦੇ ਮੈਂਬਰ ਨਹੀਂ ਹੈਗੀਆਂ, ਯਾਨੀ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਮੈਂਬਰ ਨਹੀਂ ਹੈਗੀਆਂ। ਉਹ ਕਿਹੜੀਆਂ ਕੰਟਰੀਜ਼ ਨੇ? ਇੱਕ ਹੋਗੀ ਤੁਹਾਡੀ ਪੈਲੇਸਟੀਨ, ਇਜ਼ਰਾਈਲ ਦੇ ਨਾਲ ਕੰਟਰੀ ਹੈ ਇਹ ਪੈਲੇਸਟੀਨ। ਦੂਸਰੀ ਹੋਗੀ ਵੈਟੀਕਨ ਸਿਟੀ, ਇਟਲੀ ਦੇ ਵਿੱਚ ਅੱਗੇ ਇੱਕ ਛੋਟੀ ਜਿਹੀ ਕੰਟਰੀ ਹੈਗੀ ਇਹ ਵੈਟੀਕਨ ਸਿਟੀ। ਤੇ ਤੀਸਰੀ ਹੈਗੀ ਜੀ ਤਾਈਵਾਨ। ਬੇਸਿਕਲੀ ਤਾਈਵਾਨ ਤਾਂ ਚਾਈਨਾ ਦਾ ਆਟੋਨੋਮਸ ਰੀਜਨ ਹੈ, ਬਟ ਇਹ ਤਾਈਵਾਨ ਵਾਲੇ ਆਪਣੇ ਆਪ ਨੂੰ ਆਜ਼ਾਦ ਮੰਨਦੇ ਨੇ, ਆਪਣੇ ਆਪ ਨੂੰ ਅਲੱਗ ਮੰਨਦੇ ਨੇ। ਸੋ ਇਹ 3 ਕੰਟਰੀ ਫਿਲਹਾਲ ਦੀ ਘੜੀ ਯੂਨਾਈਟਿਡ ਨੇਸ਼ਨ ਦੇ ਮੈਂਬਰ ਨਹੀਂ ਹੈਗੇ। ਕਾਹਦੇ ਲਈ ਕਿਉਂ ਨਹੀਂ ਹੈਗੇ? ਕਿਉਂਕਿ ਇਹਨਾਂ ਨੂੰ ਗਲੋਬਲੀ ਰਿਕੋਗਨਾਈਜ਼ ਨਹੀਂ ਕੀਤਾ ਹੋਇਆ ਐਜ ਏ ਕੰਟਰੀ ਡਿਊ ਟੂ ਪੋਲੀਟੀਕਲ ਐਂਡ ਰਿਲੀਜੀਅਸ ਰੀਜਨ। ਚਲੋ ਇਹਨਾਂ 3 ਕੰਟਰੀਜ਼ ਤੋਂ ਜਿਹੜੀ ਪੈਲੇਸਟੀਨ ਕੰਟਰੀ ਹੈ, ਇਹਦਾ ਅੱਜ ਮੈਂ ਤੁਹਾਨੂੰ ਇਸ਼ੂ ਸਮਝਾਉਣਾ ਚਾਹੁੰਦਾ। ਪੈਲੇਸਟੀਨ ਜਿਹੜੀ ਕੰਟਰੀ ਹੈ ਨਾ, ਇਹ ਯੂਨਾਈਟਿਡ ਨੇਸ਼ਨ ਦੀ ਜਿਹੜੇ ਮੈਂਬਰ ਬਣਨ ਦੇ ਲਈ ਇੰਨਾ ਜ਼ਿਆਦਾ ਚਾਹਵਾਨ ਹੈ, ਚਾਹਵਾਨ ਵੀ ਕੀ ਇਹਨੂੰ ਲੋੜ ਹੈ, ਪੈਲੇਸਟੀਨ ਇੰਨਾ ਜ਼ਿਆਦਾ ਜ਼ੋਰ ਲਾ ਰਿਹਾ ਵੀ ਸਾਨੂੰ ਯੂਨਾਈਟਿਡ ਨੇਸ਼ਨ ਦੀ ਮੈਂਬਰਸ਼ਿਪ ਮਿਲ ਜੇ। ਉਹ ਇਹੋ ਜਿਹਾ ਜ਼ੋਰ ਕਿਉਂ ਲਾ ਰਿਹਾ, ਉਹਨੂੰ ਇਹੋ ਜਿਹੀ ਕੀ ਲੋੜ ਹੈ? ਦੇਖੋ ਆਹ ਮੈਪ ਦੇ ਵਿੱਚ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ। ਆਹ ਜਿਹੜਾ ਗ੍ਰੀਨ ਵਾਲਾ ਏਰੀਆ ਪਹਿਲੀ ਪਿਕਚਰ ਦੇ ਵਿੱਚ ਹੈ, 1946 ਦੇ ਦੌਰ ਦੇ ਵਿੱਚ ਕਿਸੇ ਸਮੇਂ ਪੈਲੇਸਟੀਨ ਕੋਲ ਇੰਨੀ ਧਰਤੀ ਹੁੰਦੀ ਸੀਗੀ, ਤੁਸੀਂ ਦੇਖ ਸਕਦੇ ਹੋ। ਤੇ ਆਹ ਵਾਈਟ ਵਾਲਾ ਜਿਹੜਾ ਏਰੀਆ ਇਹ ਸਾਰਾ ਇਜ਼ਰਾਈਲ ਹੁੰਦਾ ਸੀ। ਟਾਈਮ ਲੰਘਦਾ ਗਿਆ, ਉਸ ਤੋਂ ਬਾਅਦ ਪੈਲੇਸਟੀਨ ਦੇ ਉੱਪਰ ਅਟੈਕ ਹੁੰਦੇ ਗਏ, ਇਜ਼ਰਾਈਲ ਨੇ ਕਬਜ਼ਾ ਕਰਨਾ ਸਟਾਰਟ ਕਰਤਾ, ਪੈਲੇਸਟੀਨ ਘਟ ਗਿਆ, ਫਿਰ ਪੈਲੇਸਟੀਨ 1960-65 ਦੇ ਦੌਰ ਦੇ ਵਿੱਚ ਇੰਨਾ ਕਰਿਆ ਗਿਆ। ਤੇ ਅੱਜ ਤੁਸੀਂ ਦੇਖ ਸਕਦੇ ਹੋ ਪੈਲੇਸਟੀਨ ਦਾ ਮੈਪ, ਆ ਜਿਹੜਾ ਗ੍ਰੀਨ ਵਾਲਾ ਪੋਰਸ਼ਨ ਹੈ ਇਹ ਸਿਰਫ ਪੈਲੇਸਟੀਨ ਦਾ ਮੈਪ ਹੈ, ਤੇ ਆ ਜਿਹੜਾ ਏਰੀਆ ਇਹਨੂੰ ਗਾਜ਼ਾ ਸਟ੍ਰਿਪ ਕਹਿੰਦੇ ਨੇ। ਮੈਪਿੰਗ ਸੀਰੀਜ਼ ਦੇ ਵਿੱਚ ਚੀਜ਼ਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰਾ ਚੁੱਕਿਆ। ਤੇ ਜਿਹੜਾ ਆਹ ਵਾਈਟ ਵਾਲਾ ਏਰੀਆ ਇਹ ਸਾਰਾ ਇਜ਼ਰਾਈਲ ਹੈ। ਹੁਣ ਇਜ਼ਰਾਈਲ ਦੇਖੋ ਪੈਲੇਸਟੀਨ ਮੈਂਬਰਸ਼ਿਪ UN ਦੀ ਕਿਉਂ ਚਾਹੁੰਦਾ ਹੈ? ਕਿਉਂਕਿ ਫਿਲਹਾਲ ਦੀ ਘੜੀ ਪੈਲੇਸਟੀਨ UN ਦਾ ਮੈਂਬਰ ਨਹੀਂ ਹੈਗਾ। ਜੇ ਫਰਜ਼ ਕਰੋ ਇਜ਼ਰਾਈਲ ਨੇ ਪੈਲੇਸਟੀਨ ਦਾ ਆਹ ਏਰੀਆ ਫਰਜ਼ ਕਰੋ ਜਾਂ ਆਹ ਏਰੀਆ ਇਹਦੇ ਉੱਪਰ ਕਬਜ਼ਾ ਕਰ ਲਿਆ, ਤਾਂ ਪੈਲੇਸਟੀਨ UN ਦੇ ਵਿੱਚ ਆਪਦੀ ਆਵਾਜ਼ ਨਹੀਂ ਉਠਾ ਸਕਦਾ, ਨਾ ਹੀ UN ਦੁਆਰਾ ਕੋਈ ਵੀ ਸਟੈਪ ਚੱਕਿਆ ਜਾ ਸਕਦਾ ਇਜ਼ਰਾਈਲ ਦੇ ਅਗੇਂਸਟ। ਇੱਕ ਵਾਰ ਜੇ ਪੈਲੇਸਟੀਨ UN ਦਾ ਮੈਂਬਰ ਬਣ ਗਿਆ ਤਾਂ ਆਹ ਜਿਹੜੀ ਟੈਰੀਟਰੀ ਪੈਲੇਸਟੀਨ ਦੀ ਹੈ ਇਹਨੂੰ ਇਜ਼ਰਾਈਲ ਅਨੈਕਸ ਨਹੀਂ ਕਰ ਸਕਦਾ। ਇਹ ਬਹੁਤ ਇੰਪੋਰਟੈਂਟ ਗੱਲਾਂ ਨੇ, ਕਿਉਂਕਿ ਇਹ ਰੌਲਾ ਫਿਰ UN ਦੇ ਵਿੱਚ ਚਲਾ ਜਾਊਗਾ, ਫਿਰ ਉਹਨਾਂ ਦੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਚਲਾ ਜਾਊਗਾ। ਅੱਗੇ ਇੱਕ ਟਰੱਸਟਸ਼ਿਪ ਕਾਉਂਸਲ ਹੁੰਦੀ ਸੀਗੀ, ਉਹ ਤਾਂ ਚਲੋ ਹੁਣ ਸਸਪੈਂਡ ਹੋ ਗਈ। ਸੋ ਤਾਂ ਕਰਕੇ ਇਜ਼ਰਾਈਲ ਨਹੀਂ ਚਾਹੁੰਦਾ ਵੀ ਜਿਹੜਾ ਇਹ ਸਾਡਾ ਰੌਲਾ ਇਹ UN ਦੇ ਵਿੱਚ ਜਾਵੇ, ਤਾਂ ਕਰਕੇ ਇਜ਼ਰਾਈਲ ਪੈਲੇਸਟੀਨ ਨੂੰ UN ਦਾ ਮੈਂਬਰ ਬਣਨ ਨਹੀਂ ਦਿੰਦਾ। ਕਿਵੇਂ? ਕਿਉਂਕਿ ਦੇਖੋ UN ਦੇ ਵਿੱਚ ਜਿਹੜੇ 5 ਪਰਮਾਨੈਂਟ ਮੈਂਬਰ ਨੇ ਇਹਨਾਂ ਦੀ ਸਿਕਿਉਰਿਟੀ ਕਾਉਂਸਲ ਦੇ। ਹੁਣ ਇੱਥੇ ਜਿਹੜਾ ਮੈਂ ਸ਼ਬਦ ਬੋਲੂੰਗਾ, ਜਿਹੜੀ ਲਾਈਨ ਬੋਲੂੰਗਾ, ਇਹ ਧਿਆਨ ਨਾਲ ਸੁਣੇ, ਬਹੁਤ ਇੰਪੋਰਟੈਂਟ ਹੈ। ਹੁਣ ਜੇ ਕਿਸੇ ਕੰਟਰੀ ਨੂੰ UN ਦਾ ਮੈਂਬਰ ਬਣਾਉਣਾ, ਨਵਾਂ ਮੈਂਬਰ ਬਣਾਉਣਾ, ਫੋਰ ਐਗਜ਼ਾਮਪਲ ਪੈਲੇਸਟੀਨ ਲਾ ਲਓ, ਪੈਲੇਸਟੀਨ ਨੂੰ ਤੁਸੀਂ ਨੇ UN ਦਾ ਮੈਂਬਰ ਬਣਾਉਣਾ,
ਤਾਂ ਜਿਹੜੇ ਯੂਨਾਈਟਡ ਨੇਸ਼ਨ ਦੀ ਜਨਰਲ ਅਸੈਂਬਲੀ ਦੇ ਜਾਂ ਯੂਐਨ ਦੇ ਜਿਹੜੇ 193 ਮੈਂਬਰ ਨੇ ਉਹਨਾਂ ਦੀ ਪਹਿਲਾਂ ਤੁਹਾਨੂੰ 2/3 ਮੈਜੋਰਟੀ ਚਾਹੀਦੀ ਹੈ, ਯਾਨੀ ਕਿ 128 ਤੁਹਾਨੂੰ ਵੋਟਾਂ ਚਾਹੀਦੀਆਂ ਨੇ ਕਿਸੇ ਕੰਟਰੀ ਨੂੰ ਮੈਂਬਰ ਬਣਾਉਣ ਦੇ ਲਈ। ਬਟ ਇੱਕ ਕੰਡੀਸ਼ਨ ਹੈ, ਯੂਐਨ ਸਿਕਿਉਰਿਟੀ ਕਾਉਂਸਲ ਦੇ ਜਿਹੜੇ 5 ਪਰਮਾਨੈਂਟ ਮੈਂਬਰ ਨੇ ਜਿਵੇਂ ਕਿ ਯੂਐਸ, ਯੂਕੇ, ਫਰਾਂਸ, ਰਸ਼ੀਆ ਤੇ ਚਾਈਨਾ, ਇਹਨਾਂ 5 ਪਰਮਾਨੈਂਟ ਮੈਂਬਰ ਚੋਂ ਕਿਸੇ ਇੱਕ ਪਰਮਾਨੈਂਟ ਮੈਂਬਰ ਨੇ ਵੀ ਵੀਟੋ ਕਰਤੀ ਤਾਂ ਉਹ ਰੈਜ਼ੋਲੂਸ਼ਨ ਉੱਥੇ ਹੀ ਡੈਡ ਹੋ ਜਾਊਗਾ। ਇੰਨੀ ਜ਼ਿਆਦਾ ਲਿਮਿਟੇਸ਼ਨ ਹੈਗੀ ਹੈ, ਪੈਲੇਸਟੀਨ ਫਿਰ ਯੂਐਨ ਦਾ ਮੈਂਬਰ ਨਹੀਂ ਬਣ ਸਕਣਾ, ਚਾਹੇ ਉਹਨੂੰ 2/3 ਮੈਜੋਰਟੀ ਉਹਨਾਂ ਕੰਟਰੀਜ਼ ਦੀ ਮਿਲ ਹੀ ਕਿਉਂ ਨਾ ਗਈ ਹੋਵੇ। ਹੁਣ ਜਿਹੜਾ ਯੂਐਸ ਕੰਟਰੀ ਹੈ ਇਹ ਇਜ਼ਰਾਈਲ ਦਾ ਬੈਸਟ ਫਰੈਂਡ ਹੈ, ਇਹਦਾ ਪੱਕਾ ਆੜੀ ਹੈ, ਤਾਂ ਕਰਕੇ ਜਿੰਨੀ ਵਾਰ ਵੀ ਪੈਲੇਸਟੀਨ ਨੇ ਯੂਐਨ ਦੀ ਮੈਂਬਰਸ਼ਿਪ ਦੇ ਲਈ ਅਪਲਾਈ ਕੀਤਾ ਯੂਐਸ ਹਰ ਵਾਰ ਉਹਨੂੰ ਵੀਟੋ ਕਰ ਦਿੰਦਾ। ਸੋ ਇਹ ਰੌਲਾ ਜੀ ਅੱਜ ਦੇ ਸਮੇਂ ਇਜ਼ਰਾਈਲ ਤੇ ਪੈਲੇਸਟੀਨ ਦਾ। ਅਗਲੀ ਨਿਊਜ਼ ਆ ਗਈ ਯੂਐਨ ਗਲੋਬਲ ਕਲਾਈਮੇਟ ਐਕਸ਼ਨ ਅਵਾਰਡ, ਇਹ ਅਵਾਰਡਸ ਅਨਾਊਂਸ ਕੀਤੇ ਗਏ ਨੇ ਕਿਉਂਕਿ ਕਲਾਈਮੇਟ ਐਕਸ਼ਨ ਸਮਿਟ ਜਿਹੜਾ ਚੱਲ ਰਿਹਾ ਸੀਗਾ ਨਿਊਯਾਰਕ ਵਿਖੇ ਯੂਐਨ ਜਨਰਲ ਅਸੈਂਬਲੀ ਦੇ ਸਾਈਡ ਲੈਂਡ ਦੇ, ਉੱਥੇ ਉਸ ਤੋਂ ਬਾਅਦ ਇਹ ਅਵਾਰਡ ਅਨਾਊਂਸ ਕੀਤੇ ਗਏ ਨੇ। 15 ਅਵਾਰਡ ਵਿਨਿੰਗ ਪ੍ਰੋਜੈਕਟ ਇਹਦੇ ਵਿੱਚ ਜਿਨ੍ਹਾਂ ਨੂੰ ਅਵਾਰਡ ਦਿੱਤਾ ਗਿਆ ਤੇ ਕਿਹੜੇ ਕਿਹੜੇ ਫੋਕਸ ਏਰੀਆ ਦੇ ਉੱਪਰ ਇਹ ਅਵਾਰਡ ਮਿਲੇ ਜੀ, ਉਹ ਹੈਗੇ ਨੇ ਪਲੈਨੇਟਰੀ ਹੈਲਥ, ਕਲਾਈਮੇਟ ਨਿਊਟਰਲ ਲਾਓ, ਵੂਮੈਨ ਫਾਰ ਰਿਜ਼ਲਟ ਐਂਡ ਫਾਈਨੈਂਸਿੰਗ ਫਾਰ ਕਲਾਈਮੇਟ ਫਰੈਂਡਲੀ ਇਨਵੈਸਟਮੈਂਟ। ਬੇਸਿਕਲੀ ਇਹ ਜਿਨ੍ਹਾਂ ਨੂੰ ਅਵਾਰਡ ਦਿੱਤੇ ਗਏ ਨੇ ਉਹਨਾਂ ਨੇ ਇਕੱਲੇ ਕਲਾਈਮੇਟ ਚੇਂਜ ਨੂੰ ਐਡਰੈਸ ਨਹੀਂ ਕੀਤਾ, ਉਸ ਤੋਂ ਇਲਾਵਾ ਜਿਹੜੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ ਇਹਨਾਂ ਦੀ ਪ੍ਰੋਗਰੈਸ ਦੇ ਵਿੱਚ ਹੋਰ ਵਾਧਾ ਕਰਨ ਦੇ ਵਿੱਚ ਆਪਦਾ ਵੀ ਯੋਗਦਾਨ ਨਿਭਾਇਆ, ਉਹ ਸਾਰੇ ਚੀਜ਼ਾਂ ਦੇ ਲਈ ਇਹ 15 ਜਿਹੜੇ ਅਵਾਰਡ ਵਿਨਿੰਗ ਨੇ ਇਹਨਾਂ ਨੂੰ ਅਵਾਰਡ ਦੇਣਾ ਸਨਮਾਨਿਤ ਕੀਤਾ ਗਿਆ। ਤੇ ਆਪਣੇ ਇੰਡੀਆ ਦੀ ਇੱਕ ਸੰਸਥਾ ਹੈ ਇਨਫੋਸਿਸ, ਠੀਕ ਹੈ, ਆਈਟੀ ਕੰਪਨੀ ਇਨਫੋਸਿਸ, ਇਹਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਕਿਹੜੀ ਕੈਟਾਗਰੀ ਦੇ ਵਿੱਚ? ਕਲਾਈਮੇਟ ਨਿਊਟਰਲ ਨਾ, ਕਿਉਂਕਿ ਇਨਫੋਸਿਸ ਕਲਾਈਮੇਟ ਨਿਊਟਰੈਲਿਟੀ ਨੂੰ ਪ੍ਰਮੋਟ ਕਰ ਰਿਹਾ ਸੀਗਾ, ਤਾਂ ਕਰਕੇ ਇਹ ਅਵਾਰਡ ਇੰਪੋਰਟੈਂਟ ਹੈਗਾ। ਲਾਸਟ ਵਿੱਚ ਅੱਜ ਬੁਲੇਟਿਨ ਨਿਊਜ਼, ਪਹਿਲੀ ਨਿਊਜ਼ ਮਾਲਾਬਾਰ ਨੇਵਲ ਐਕਸਰਸਾਈਜ਼ ਹੈ, 3 ਕੰਟਰੀਜ਼ ਦੇ ਵਿਚਾਲੇ ਇਹ ਐਕਸਰਸਾਈਜ਼ ਹੁੰਦੀ ਹੈ ਜੀ, ਯੂਐਸ, ਇੰਡੀਆ ਤੇ ਜਪਾਨ, ਤੇ 23ਵਾਂ ਐਡੀਸ਼ਨ ਹੈ ਇਹਦਾ, ਤੇ ਇਸ ਵਾਰ ਇਹ ਹੈਲਡ ਹੋ ਰਹੀ ਹੈ ਜੀ ਜਪਾਨ ਦੇ ਕੋਸਟ, ਜਪਾਨ ਦੇ ਜਿਹੜਾ ਸਮੁੰਦਰ ਦਾ ਤੱਟ ਹੈ ਉੱਥੇ, ਤੇ ਇੰਡੀਆ ਵੱਲੋਂ INS ਸਹਿਦਰੀ ਤੇ INS ਕਿਲਟਰ ਇਹ ਇਸ ਐਕਸਰਸਾਈਜ਼ ਦੇ ਵਿੱਚ ਭਾਗ ਲੈ ਰਹੀਆਂ ਨੇ। ਅਗਲੀ ਨਿਊਜ਼, ਚੇਂਜ ਮੇਕਰ ਅਵਾਰਡ ਐਟ ਗੋਲ ਕੀਪਰ ਗਲੋਬਲ ਗੋਲ ਅਵਾਰਡ। ਬੇਸਿਕਲੀ ਸਭ ਤੋਂ ਪਹਿਲਾਂ ਜਿਹੜਾ ਇਹ ਗਲੋਬਲ ਗੋਲ ਕੀਪਰ ਅਵਾਰਡ ਹੈ ਇਹ ਤਾਂ ਮਿਲਿਆ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਬਟ ਜਿਹੜਾ ਇਹ ਚੇਂਜ ਮੇਕਰ ਅਵਾਰਡ ਹੈਗਾ ਐਟ ਗਲੋਬਲ ਗੋਲ ਕੀਪਰ ਅਵਾਰਡ ਇਹ ਦਿੱਤਾ ਗਿਆ ਜੀ ਪਾਇਲ ਜਹਾਂਗੀਰ ਨੂੰ। ਬੇਸਿਕਲੀ ਇਹ ਇੱਕ ਕੁੜੀ ਹੈਗੀ ਰਾਜਸਥਾਨ ਦੀ, ਇਹਦੀ ਛੋਟੀ ਉਮਰ 'ਚ ਚਾਈਲਡ ਮੈਰਿਜ ਹੋ ਗਈ ਸੀਗੀ, ਵਿਆਹ ਕਰ ਦਿੱਤਾ ਗਿਆ ਸੀਗਾ, ਉਹਦੇ ਅਗੇਂਸਟ ਇਹ ਆਪਣੀ ਸਟੇਟ ਦੇ ਵਿੱਚ ਬਹੁਤ ਲੜੀ ਚਾਈਲਡ ਮੈਰਿਜ ਦੇ ਅਗੇਂਸਟ, ਤਾਂ ਕਰਕੇ ਇਹਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਅਗਲੀ ਨਿਊਜ਼ ਆ ਗਈ ਜੀ PV ਸਿੰਧੂ ਨੂੰ, ਆਪਣੇ ਇੰਡੀਆ ਦੇ ਬੈਡਮਿੰਟਨ ਦੇ ਪਲੇਅਰ ਨੇਗੇ, ਇਹਨਾਂ ਨੂੰ ਵੀਜ਼ਾ ਦਾ ਬ੍ਰਾਂਡ ਅੰਬੈਸਡਰ ਅਪੁਆਇੰਟ ਕੀਤਾ ਗਿਆ। ਮੈਂ ਕੁਐਸਚਨ ਪੁੱਛਾ ਤੁਹਾਡੇ ਤੋਂ, ਵੀਜ਼ਾ ਦਾ ਹੈੱਡਕੁਆਟਰ ਦੱਸੋ ਤੁਸੀਂ US ਦੇ ਵਿਖੇ ਕਿੱਥੇ ਹੈਗਾ, US ਦੇ ਵਿਖੇ ਅੱਗੇ ਪਾਰਟੀਕੁਲਰ ਦੱਸੋ ਮੈਨੂੰ, ਵੀਜ਼ਾ ਤੇ ਮਾਸਟਰ ਕਾਰਡ ਇਹਨਾਂ ਦੋਵਾਂ ਦਾ ਹੈੱਡਕੁਆਟਰ ਕਿੱਥੇ ਹੈ। ਅਗਲੀ ਨਿਊਜ਼, PT ਊਸ਼ਾ ਨੂੰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਥਲੈਟਿਕ ਫੈਡਰੇਸ਼ਨ ਦੇ ਵੈਟਰਨ ਪਿੰਡ ਦੇ ਨਾਲ ਆਨਰ ਕੀਤਾ ਗਿਆ। IAAF ਦਾ ਹੈੱਡਕੁਆਟਰ ਵੀ ਤੁਸੀਂ ਦੱਸੋ ਕਮੈਂਟ ਬਾਕਸ ਦੇ ਵਿੱਚ ਕਿੱਥੇ ਹੈ। ਤੇ ਮੈਂ ਤੁਹਾਨੂੰ ਇਹ ਦੱਸਦਾ IAAF ਦੇ ਜਿਹੜੇ ਚੇਅਰਮੈਨ ਨੇ ਉਹ ਦੁਬਾਰਾ ਰੀਅਪੁਆਇੰਟ ਹੋਏ ਨੇ, ਉਹਨਾਂ ਦਾ ਨਾਮ ਵੀ ਯਾਦ ਰੱਖਿਓ, ਉਹਨਾਂ ਦਾ ਨਾਮ ਹੈਗਾ ਸਬੈਸਟੀਅਨ ਕੋ। ਲਾਸਟ ਨਿਊਜ਼ ਅੱਜ ਦੀ, IIT ਖੜਗਪੁਰ ਇਹਨਾਂ ਨੇ 1 ਰੁਪਏ ਦਾ ਟੈਸਟ ਡਿਵਾਈਸ ਡਿਵੈਲਪ ਕੀਤਾ ਹੈਗਾ ਇਹਨਾਂ ਦੀ ਟੀਮ ਨੇ, ਜਿਹੜਾ ਕਿ ਬਲੱਡ ਦੇ ਵਿੱਚ ਹੀਮੋਗਲੋਬਿਨ ਲੈਵਲ ਹੈਗਾ ਉਹਨੂੰ ਇਹ ਮੈਜ਼ਰ ਕਰੂਗਾ। ਸੋ ਇਹ ਸੀ ਆਪਣਾ ਸਾਰਾ ਅੱਜ ਦਾ ਐਨਾਲਿਸਿਸ, ਮਿਲਦੇ ਹਾਂ ਕੱਲ੍ਹ ਦੇ ਨਿਊਜ਼ ਦੇ ਨਾਲ, ਧੰਨਵਾਦ।